ਦੇ ਹਸਬੰਡ ਨੇ ਗੁਰਵਿੰਦਰ ਸਿੰਘ ਕਿਡਨੀ ਪੇਸ਼ ਨੇ ਮਤਲਬ ਇਹਨਾਂ ਨੂੰ ਨਾ 2 ਸਾਲ ਹੋ ਗਏ ਡਾਇਲਿਸ ਕਰਾਉਂਦੇ ਨੂੰ ਉਹਨੇ ਲਾਸਟ ਕੰਡੀਸ਼ਨ ਤੇ ਆ ਹੁਣ ਸਾਨੂੰ ਡਾਕਟਰਾਂ ਨੇ ਕਿਹਾ ਵੀ ਮਤਲਬ ਇਹਨਾਂ ਦੀ ਕਿਡਨੀ ਚੇਂਜ ਕਰਾਓ ਨਹੀਂ ਤਾਂ ਮਤਲਬ ਜੇ ਵੀ ਇਸ ਕੀ ਆਪਣੀ ਜ਼ਿੰਦਗੀ ਕੇ ਲਿਏ ਚੰਦ ਪੈਸੇ ਇਕੱਠੇ ਕਰਨੇ ਆ ਚੰਦ ਪੈਸੇ 10 10 20 20 50 100 100 ਰੁਪਏ ਕਰਕੇ ਇਤਨੀ ਤੋਂ ਹਮਾਰੇ ਸਿਰਸਾ ਵਾਲਾ ਨਾ ਕਿ 150 200 ਰੁਪਏ ਕੀ ਕਿਸੇ ਦੀ ਮਦਦ ਕਰ ਦੇ ਦੋਸਤੋ ਰਿਕੁਐਸਟ ਜਿੰਨਾ ਹੋ ਸਕੇ ਸ਼ੇਅਰ ਕਰੋ ਕਿਆ ਨਾਮ ਹੈ ਜੀ ਆਪਕਾ ਅਮਰੀਕਾ ਕਹਾਂ ਕੇ ਰਹਿਨੇ ਵਾਲੇ ਹੋ ਸਰਸਕੇ ਕਿਆ ਪ੍ਰੋਬਲਮ ਆਪਲਾ ਹੈ ਕਿਸ ਤਰ੍ਹਾਂ ਹੈ ਕੀ ਪਰੇਸ਼ਾਨੀ ਕੀ ਹੈ ਆਪਕੀ ਮੇਰੇ ਹਸਬੰਡ ਨੇ ਗੁਰਵਿੰਦਰ ਸਿੰਘ ਕਿਡਨੀ ਪੇਸ਼ ਹੈ ਮਤਲਬ ਇਹਨਾਂ ਨੂੰ ਨਾ 2 ਸਾਲ ਹੋ ਗਏ ਡਾਇਲਿਸ ਕਰਾਉਂਦੇ ਨੂੰ ਉਹਨੇ ਲਾਸਟ ਕੰਡੀਸ਼ਨ ਤੇ ਆ ਹੁਣ ਸਾਨੂੰ ਡਾਕਟਰਾਂ ਨੇ ਕਿਹਾ ਵੀ ਮਤਲਬ ਇਹਨਾਂ ਦੀ ਕਿਡਨੀ ਚੇਂਜ ਕਰਾਓ ਨਹੀਂ ਤਾਂ ਮਤਲਬ ਤੋ ਕਿਤਨਾ ਟਾਈਮ ਸੇ ਇਸ਼ੂ ਹੈ ਇਹ ਕਦੋਂ ਸੇ ਇਹ ਦਿੱਕਤ ਆਪਕੋ ਆ ਰਹੀ ਦੋ ਸਾਲ ਸੇ ਦੋ ਸਾਲ ਸੇ ਹਾਂਜੀ ਤੋ ਡਾਕਟਰਸ ਕੀ ਬਤਾਤੇ ਕਿਤਨਾ ਖਰਚਾ ਡਾਕਟਰ ਨੇ ਬਤਾਇਆ ਡਾਕਟਰੋ ਨੇ 10 ਲੱਖ ਕੇ ਕਰੀਬ ਬਤਾਇਆ

उन्हीं वायरल वीडियो से हमारे पास सेवा पहुंचती है तो खाली एक पोस्ट है कि जो सोशल मीडिया एक माध्यम है ना वो ऐसा है कि अगर इसको सही रस्ते पे लेके जाए तो उसका बहुत अच्छा रिजल्ट मिलता है नेगेटिव रिजल्ट में लेके जाए तो बहुत ही यानी कि ना मत जो आप भी सेवा डालो इस बच्ची प्रीत है हमारे पास आज चल के आई है इसकी वीडियो पहले भी हमने थोड़े दिन पहले देखी थी जब सोनू बब्बल जी का हमारा इलाज चल रहा था तो हमने उसी जिस दिन पहले दिन हमने वीडियो देखी सनी सिंह जी की हमने तो उस टाइम हमने उनको फोन करके रात को फोन किया था रात का टाइम अपना इनसे पूछा था क्या खर्चा क्या नहीं खर्चा उसी हिसाब से हमने अपनी टीम से भी बात की थी जैसे ही सोनू बब्बल जी का इलाज होता है हमारा परमात्मा वाई गुरु जी उनको अपने घर पर पहुँचाते हैं उसके बाद इनकी सेवा हमने शुरू करनी थी पर लेकिन वाई गुरु जी को और ही कुछ मंजूर था कि सोनू बब्बल जी आज हमारे बीच में नहीं रही इतनी कोशिश लोगों ने की उनको बचाने छोटे छोटे बच्चों ने उन्हें अपने गुल के तोड़ के उनकी हेल्प के लिए हमारे पास शोरूम पर भी भिजवाए हैं और अपनी पत्नी किस नेक दुआओं से इनकी लोगों ने प्रार्थना की थी पर लेकिन करें क्या जो इनका जो इलाम है जो बताया गया था कि वो डेढ़ साल से ही बीमार है लेकिन हॉस्पिटल में जाने के बाद पता चला कि चार पाँच साल से वो बीमार है हार्ट का साइज़ बहुत बड़ा हो चुका था उनका वाल भी लीक हो चुके थे लीवर भी दिक्कत थी उनकी पर लेकिन कोशिश की थी हमने पर लेकिन वो जिंदगी हम नहीं बचा पाए आज गुरविंदर जी हमारे पास चल के आए हैं उनके लिए एक प्रयास कर रहे हैं छोटा सा ਕਿ ਵਾਈ ਗੁਰੂ ਜੀ ਕਿਰਪਾ ਕਰੋ ਮਹਾਰਾਜ ਜੋ ਵੀ ਤੁਹਾਡੇ ਦੇਵੀ ਦੇਵਤਾ ਹੈਗੇ ਪਲੀਜ਼ ਉਹਨਾਂ ਨੂੰ ਰਿਕੁਐਸਟ ਕਰਾ ਲਈਏ ਅਸੀਂ ਦੁਆ ਕਰਕੇ ਕਿ ਇਹਨਾਂ ਦੀ ਜ਼ਿੰਦਗੀ ਅੱਗੇ ਬਦਾਸ ਕੀ ਅਸੀਂ ਇੱਕ ਛੋਟੀ ਜੀ ਪੇਮੈਂਟ ਕੋਈ ਵੀ 50 100 200 500 ਜਾਂ ਜਿੰਦੀ ਜਿੰਨਾ ਪੁੱਜਦਾ ਆਪਣੀ ਨੇਕ ਕਮਾਈ ਦੇ ਵਿੱਚੋਂ ਜਿਹੜਾ ਅਕਾਊਂਟ ਨੰਬਰ ਅਸੀਂ ਇਸ ਵੀਡੀਓ ਤੇ ਦਿੱਤਾ ਜਾਵੇਗਾ ਤੁਸੀਂ ਉਹਨਦੇ ਜ ਆਪਣੀ ਸੇਵਾ ਭੇਜੋ ਜੋ ਬੰਦੇ ਨਹੀਂ ਆਪਣੀਆਂ ਆਨਲਾਈਨ ਯੂਜ਼ ਕਰਦੇ ਐ ਉਹ ਆਪਣੀ ਕੈਸ਼ ਪੇਮੈਂਟ ਕੋਪ ਸ਼ੋਅਰੂਮ ਤੇ ਆਪਣੇ ਸਚਿੰਜ ਜੀ ਇਹਨੇ ਤੇ ਨੰਬਰ ਦਵਾਂਗੇ ਪਰਵੀਨ ਜੀ ਦਾ ਨੰਬਰ ਦਵਾਂਗੇ ਤੁਸੀਂ ਆਪਣੇ ਘਰੋਂ ਪੇਛ ਸਕਦੇ ਹੋ ਬਾਕੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਲਸਾ ਵਾਰਡ ਵਾਸੀਆਂ ਵਾਸਤੇ ਕਿ ਹਰ ਵਾਰਡ ਦੇ ਵਿੱਚ ਸਾਡੇ 10-10 ਬੰਦੇ ਹੋਣ ਸਾਡੀ ਟੀਮ ਨਾਲ ਜੁੜੇ ਹੋਣ ਕਿ ਜਿੱਥੇ ਵੀ ਕਿਸੇ ਵਾਰਡ ਦੇ ਵਿੱਚ ਕੋਈ ਕਿਤੇ ਸਮੱਸਿਆ ਆਂਦੀ ਹੈ ਕਿ ਇੱਕ ਦੂਜੇ ਦੇ ਅਸੀਂ ਹਰ ਵਾਰਡ ਵਾਲੇ ਇੱਕ ਦੂਜੇ ਦੀ ਸਪੋਰਟ ਕਰਨ ਵਾਸਤੇ ਹਾਜ਼ਰ ਰਹੀਏ ਤੇ ਇੱਕ ਪ੍ਰਬਾਤ ਫੇਰੀ ਜਿਵੇਂ ਸਵੇਰੇ ਨਿਕਲਦੀ ਆਪਣੇ ਗੁਰਦੁਆਰੇ ਦੀ ਆਪਣੀ ਮੰਦਰਾਂ ਦੀ ਪਰਬਾਤ ਫੇਰੀ ਨਿਕਲਦੀ ਹੈ ਕਦੇ ਵੀ ਕੋਈ ਬੱਚੇ ਦੀ ਸੇਵਾ ਹੁੰਦੀ ਹੈ ਕੋਈ ਬੱਚੇ ਦੀ ਸ਼ਾਦੀ ਹੋ ਗਈ ਕੋਈ ਜ਼ਿੰਦਗੀ ਦੀ ਕਿਸੇ ਦਾ ਕੋਈ ਸਵਾਲ ਹੈ ਪੈਸੇ ਨਹੀਂ ਇਕੱਠੇ ਹੋ ਪਾ ਰਹੇ ਕਿ ਸਵੇਰੇ ਅਸੀਂ ਇੱਕ ਬਾਕਸ ਲੈ ਕੇ ਪਰਬਾਤ ਸੀਰੀਜ਼ ਇੱਕ ਆਪਣੇ ਕੰਮ ਤੋਂ ਪਹਿਲਾਂ ਸਵੇਰੇ 7:30 7:30 ਵਜੇ ਉੱਠ ਕੇ ਹਰ ਵਾਰ ਦੇ ਵਿੱਚ ਉਹਨਾਂ ਦੀ ਡਿਊਟੀਆਂ ਲੱਗੀਆਂ ਹੋਣੀਆਂ ਦੋ ਤਿੰਨ ਬਾਕਸ ਲੈ ਕੇ ਉਹ ਉੱਥੇ ਸੇਵਾ ਇਕੱਠੀ ਕਰਨ ਦਾ 10 20 30 ਦੀ 40 40 ਜੋ ਵੀ ਹੋੜ ਕਿ ਕੋਈ ਪੇਸ਼ੈਂਟ ਪੈਸੇ ਦੇ ਅਭਾਵ ਦੇ ਨਾਲ ਆਪਣੀ ਜ਼ਿੰਦਗੀ ਨਾ ਖੋਵੇ ਕਿਉਂਕਿ ਇੱਕ 10 10 ਰੁਪਏ 20 20 ਰੁਪਏ ਵੀ ਕਿਸੇ ਦੇ ਕੋਈ ਮਿਲ ਜਾਂਦੇ ਕਿਸੇ ਦੀ ਜ਼ਿੰਦਗੀ ਬਚਦੀ ਦੋਸਤੋ ਇਸ ਤੋਂ ਵੱਡਾ ਕੀ ਚੀਜ਼ ਹੈ ਅੱਜ ਇਹ ਬੱਚੀ ਆਈ ਮੇਰੀ ਭੈਣ ਮੈਂ ਖੋ ਚੁੱਕਿਆ ਹਾਂ ਲੋਕਡਾਊਨ ਦੇ ਵਿੱਚ ਪਰਲੀਗ ਨਾ ਮੇਰੀ ਛੋਟੀ ਭੈਣ ਬਣ ਕੇ ਆਈ ਹੈ ਮੈਂ ਸਭ ਤੋਂ ਵੱਡਾ ਸਿਰਫ ਇੱਕ ਚੀਜ਼ ਕਹਿਣਾ ਚਾਹੁੰਨਾ ਤੁਹਾਨੂੰ ਦੇਖੋ ਜੀ ਭੈਣ ਭਰਾ ਖੂਨ ਦੇ ਰਿਸ਼ਤੇ ਜ਼ਰੂਰੀ ਨਹੀਂ ਹੁੰਦੇ ਠੀਕ ਹੈ ਇਨਸਾਨੀਅਤ ਦਾ ਰਿਸ਼ਤਾ ਜੋ ਹੁੰਦਾ ਸਭ ਤੋਂ ਵੱਡਾ ਹੁੰਦਾ ਸਿਰਫ 10 20 50 100 200 300 ਦੇ ਕੇ ਤੁਸੀਂ ਕੋਈ ਅਪਣਾਉਣੀ ਕਿ ਵੱਟ ਆਪਣੇ ਆਪ ਪਰਮਾਤਮਾ ਖੁਸ਼ ਕਰਤਾ ਪਰ ਲੇਕਿਨ ਇੱਕ ਪਰਮਾਤਮਾ ਦਾ ਜਰੀਆ ਬਣ ਕੇ ਤੁਸੀਂ ਆ ਸਕਦੇ ਹੋ ਇਸ ਵੀਰ ਨੂੰ ਦੋਨੋਂ ਕਿਡਨੀਆ ਖਰਾਬ ਨੇ ਇਹਨਾਂ ਦੀਆਂ ਇਹਨਾਂ ਦੀ ਕਿਡਨੀ ਇਹਨਾਂ ਦੀ ਜਾਨ ਬਚਾਉਣ ਵਾਸਤੇ ਇਹ ਪੈਨ ਆਪਣੀ ਇੱਕ ਕਿਡਨੀ ਦੇ ਰਹੀ ਹੈ ਉਹਨਾਂ ਦਾ ਟ੍ਰਾਂਸਪਲੈਂਟ ਵਾਸਤੇ ਖਰਚਾ 8.5 ਲੱਖ ਰੁਪਏ ਹੈ ਇਹਨਾਂ ਦੇ ਕੇਸ ਜਿਹੜਾ ਇਹਨਾਂ ਦੇ ਚੇਂਜ ਹੋਏਗਾ ਉਹਨਾਂ ਦਾ ਲੱਖ ਦੇ ਨੇੜੇ ਤੇ ਹੈਗੇ ਟੋਟਲ ਮਿਲਾ ਕੇ 9.5-10 ਲੱਖ ਰੁਪਏ ਦਾ ਖਰਚਾ ਹੈ ਜੀ ਉਹਦੇ ਵਿੱਚੋਂ ਸਾਡੇ ਕੋਲ ਜਿਹੜੀ ਪੇਮੈਂਟ ਇਸ ਟਾਈਮ 2 ਲੱਖ ਰੁਪਏ ਇਹਨਾਂ ਦੇ ਰਿਸ਼ਤੇਦਾਰ ਦੇਲੇ ਨੇ ਜੀ ਇਕੱਠੇ ਹੋ ਕੇ 1.5 ਲੱਖ ਰੁਪਏ ਖਾਲਸਾ ਐਡ ਜੋ ਆਪਣੇ ਸਾਡੇ ਪੰਜਾਬੀਆਂ ਦਾ ਬਣਿਆ ਹੈ ਲੋਕਾਂ ਦੀ ਹੈਲਪ ਸੇਵਾ ਕਰਨ ਵਾਸਤੇ 1.5 ਲੱਖ ਰੁਪਏ ਉਹਨਾਂ ਨੇ ਜਿਸ ਹਸਪਤਲ ਮੈਕਸ ਤੋਂ ਹਸਪਤਲ ਦੀ ਇਲਾਜ ਹੋਣਾ ਹੈ ਉਹਨਾਂ ਦੇ ਉੱਥੇ ਜਮ੍ਹਾਂ ਕਰਵਾ ਦਿੱਤੇ ਗਏ ਨੇ ਇਹ ਹੋ ਗਏ ਟੋਟਲ 3.5 ਲੱਖ ਰੁਪਏ ਜੀ 1 ਲੱਖ ਰੁਪਏ ਸੀ ਸਾ ਡੀਸੀ ਸਾਹਿਬ ਦੇ ਕੋਲ ਫਾਈਲ ਲਗਾ ਰੱਖੀ ਹੈ ਜੀ अगर वो फाइल पास हो जाती है हमारी सरकार की तरफ से इनका मकान खुद का नहीं है आयुष्मान कार्ड नहीं बना हुआ इनको एक लाख रुपए और लोगों को दिए जाते हैं जिनका मकान खुद का न हो आयुष्मान न उनकी इलाज के लिए वो एक लाख रुपए अगर आ जाते तो साढ़े चार लाख रुपए हो जाएंगे जी और पिचानवे हज़ार रुपये बैंक में सनी सिंह जी ने जो दिन वीडियो डाली थी तीन चार दिन पाँच दिन पहले तब के तो अब पचानवे हज़ार रुपये इनके आ चुके हैं उनको मैं दिल से सल्यूट करता हूँ सनी जी सोनू शर्मा जी को भी जिन्होंने ये केस उनके सामने आया और जो हमको भी दिखाया कि आज इनकी सेवा ख़त्म होगी सोनू बब्बर जी की तो ये हम सेवा शुरू कर रहे हैं और सोनू बब्बर जी की इलाज में जो हमारे पास है दो लाख चालीस हजार प्लस कुछ रुपए इकट्ठे हुए थे उसमें से तीस पे हम तीस हजार रुपये हम सोनू बब्बर जी को दे के घर पर आएंगे कैश जो उनसे बात हुई है और सोलह हजार रुपये अठारह हजार रुपये की कलम उनके पास पहले पड़ी है टोटल चौसठ हज़ार रुपये उनको कैश दे रही है और दूसरा उनकी पेमेंट में से जो बची एक लाख चालीस हज़ार रुपये पेमेंट है वो हम इनके इलाज के लिए आगे दे रही है उनका हिसाब हमारे पास बना हुआ है जहाँ जहाँ पैसे लगे हैं जहाँ जहाँ बचा हुआ है सारा कोई भी मेरा वीर पैन जो है हिसाब लेना चाहता है अपने शोरूम से आके सचिन जी को फ़ोन कर सकते हैं प्रवीण जी को फ़ोन कर सकते हैं ए टू जेड हमारा साफ़ एंड नीट एंड क्लीन हिसाब पड़ा है जब ले जी टोटल हमारा मिला के ये छः लाख चालीस हज़ार रुपये के नज़दीक पेमेंट हमारी आइडिया है कि इकट्ठी इस टाइम हो सकती है एक लाख रुपए डीसी साहब के मिला के अगर डीसी साहब के आ जाते हैं तो वैसे डीसी साहब के पैसों को निकाल कर पाँच लाख चालीस हजार रुपये तक हमारी एज यू प्रेजेंट पेमेंट इकट्ठी है ठीक है और खर्चा है दस लाख रुपए का नज़दीक नियर अबाउट और उसमें से हमको चार साढ़े चार लाख रुपए पौने पाँच लाख रुपए पेमेंट जो चाहिए आप सभी बहन भाइयों से मेरा निवेदन है कि अपने देवी देवताओं परमात्माओं सबको एक करो कि जो जिंदगी हम पहले नहीं बचा पाए इस वीर बचा लिए ਆਪਣਾ ਸਮਝ ਕੇ ਕਿ ਇਨਸਾਨੀਅਤ ਦੇ ਰਸਤੇ ਖੂਨ ਦਾ ਰਿਸ਼ਤਾ ਵੀ ਜੀ ਮੈਂ ਵਾਰ-ਵਾਰ ਬੋਲਦਾ ਖੂਨ ਦਾ ਰਿਸ਼ਤਾ ਅੱਜ ਦੇ ਨੇੜੇ ਤੇੜੇ ਰਿਸ਼ਤੇਦਾਰ ਕੋਈ ਵੀ ਆਪਣੇ ਦੁੱਖ ਦੀ ਘੜੀ ਚ ਨਹੀਂ ਖੜੇ ਹੁੰਦੇ ਪਰ ਲੇਕਿਨ ਅੱਜ ਭੈਣ ਆਈ ਆਪਣਾ ਦੁੱਖ ਸੁਣਾ ਰਹੀ ਹੈ ਬੱਚੀ ਛੋਟੀ 5 ਸਾਲ ਦੀ ਕੁੜੀ ਹੈਂ ਦੀ ਜੀ ਠੀਕ ਹੈ ਸਾਰੇ ਘਰ ਦੀ ਜ਼ਿੰਮੇਵਾਰੀ ਇਹਨਾਂ ਦੀ ਮਕਾਨ ਕਰਾਇਦੇ ਉੱਤੇ ਇਹਨਾਂ ਦੀ ਆਪਣੀਆਂ ਕੁੜੀਆਂ ਵੀ ਜੋਬ ਕਰਦੀ ਹੈ ਆਪਣੀ ਤੇ ਆ ਮੁੰਡਾ ਵਿਚਾਰਾ ਜਦੋਂ ਦਾ ਬਿਮਾਰ ਪਿਆ ਦੋਨੋਂ ਕਿੰਨੀਆਂ ਬਿਮਾਰਾਂ ਨੇ ਖਰਾਬ ਹੋਈ ਪਿਆ ਨੇ ਤੇ ਕੰਮ ਦੰਦਾ ਕਰ ਨਹੀਂ ਸਕਦੇ ਇਹ ਭੈਣ ਨੂੰ ਸਲੂਟ ਹੈ ਜਿਹਨੇ ਕਰਦਾ ਸਾਰਾ ਖਰਚਾ ਚਲਾ ਰੱਖਿਆ ਇੱਕ ਟੈ ਅੱਜ ਆਪਾਂ ਆਵਾਜ਼ ਬੁਲਣਾ ਹੈ ਤੁਹਾਡੇ ਕੋਲ ਜਿੰਨੇ ਵੀ ਫੇਸਬੁਕ WhatsApp ਸੋਸ਼ਲ ਮੀਡੀਆ ਤੇ ਜੋ ਵੀ ਅਕਾਊਂਟ ਨੇ ਪਲੀਜ਼ ਇਸ ਵੀਡੀਓ ਨੂੰ ਜੋ ਵੀ ਦੇਖੇ ਆਪਾਂ ਜ਼ਰੂਰੀ ਨਹੀਂ ਹੈ ਕਿ ਇੱਕ ਸੇਵਾ ਪੈਸੇ ਤੋਂ ਹੀ ਹੁੰਦੀ ਹੈ ਇਹ ਪੋਸਟ ਨੂੰ ਸ਼ੇਅਰ ਕਰ ਦੋ ਕਿ ਤੁਹਾਡੇ ਨਾਲ ਜਿਹੜੇ 3 4 5000 ਜੋ ਵੀ ਲੋਕੀ ਜੁੜੇ ਹੋਏ ਨੇ ਕੋਈ 4 5 ਲੋਕੀ ਵੀ ਤੁਹਾਡੇ ਫਰੈਂਡ ਜਿਹੜੇ ਲਿਸਟ ਦੇ ਵਿੱਚ ਨੇ ਇਹਨਾਂ ਦੀ ਹੈਲਪ ਕਰਨ ਅੱਗੇ ਆ ਕੇ ਸਭ ਤੋਂ ਵੱਡੀ ਸੇਵਾ ਮਿਲ ਪੈਣਾ ਸਭ ਤੋਂ ਵੱਡੀ ਪੜਾਅ ਮੇਰੀ ਸੇਵਾ ਹੈ ਜੋ ਮੇਰੇ ਭੈਣਾ ਕਿੱਟੀ ਪਾਰਟੀਆਂ ਕਰਦੀਆਂ ਨੇ ਉੱਥੇ ਆ ਵੀਡੀਓ ਦਿਖਾ ਕੇ ਜੋ ਵੀ ਆਪਣਾ ਯੋਗਦਾਨ ਦੇ ਸਕਦੇ ਦੇ ਸਕਦੇ ਸਰਕਾਰੀ ਮਹਿਕਮੇ ਚ ਜੋ ਵੀ ਆਫਿਸ ਚ ਕੰਮ ਕਰਦੇ ਲੋਕੀ ਉਹ ਆਪਣੇ ਜਿਹੜੇ ਮੈਂਬਰ ਨਾਲ ਮਿਲ ਕੇ ਕੋਈ 50-50 ਰੁਪਏ ਕਰਕੇ ਜੋ ਸੇਵਾ ਭੇਜਣਾ ਚਾਹੁੰਦੇ ਨੇ ਉਹ ਦੇ ਸਕਦੇ ਨੇ ਸਕੂਲ ਟੀਚਰ ਨੇ ਜਿਹੜੀ ਵੀ ਸੰਸਥਾਵਾਂ ਨੇ ਕੋਈ ਵੀ ਅਫੀਸ਼ੀਅਲ ਹੈ ਕਿਸੇ ਵੀ ਦੁਕਾਨ ਹੈ ਸ਼ੋਰੂਮ ਹੈ ਮਾਰਕੀਟ ਹੈ ਆਪਣੀ ਟੀਮ ਨਾਲ ਮਿਲ ਕੇ ਜੋ ਵੀ 50 50 100-100 ਰੁਪਏ ਕੱਢ ਕੇ ਕਰੋਗੇ ਬੂੰਦ-ਬੂੰਦ ਕਰਕੇ ਦੋਸਤੋ ਸਾਗਰ ਭਰਦਾ ਹੈ ਇਹ ਬੰਦਾ ਬੱਚਾ ਜਿਹੜਾ ਹੈਗਾ ਆਪਣਾ ਆਪਣੀ ਪੈਸਾ ਪਿੱਛੋਂ ਨਹੀਂ ਜੁਣਾ ਚਾਹੁੰਦਾ ਚਾਹੀਦਾ ਕਿ ਲੀਵ ਜਾਂਦੇ ਦੋਨੋਂ ਖਰਾਬ ਨੇ ਗੁਰਦੇ ਆਪਣੇ ਦੇ ਦੋਨੋਂ ਖਰਾਬ ਨੇ ਭੈਣ ਦੇਣਾ ਚਾਹੁੰਦੀ ਹੈ ਅੱਜ ਗੁਰਦਾ ਤੇ ਬਿਲਕੁਲ ਹੀ ਲਾਹਤ ਸਹੀ ਹੋਏਗਾ ਪੈਸਾ ਪਿੱਛੋਂ ਬੰਦਾ ਨਹੀਂ ਜਾਣਾ ਚਾਹੀਦਾ ਮੇਰੀ ਵਾਰ-ਵਾਰ ਰਿਕਵੈਸਟ ਹੈ ਦੋਸਤੋ ਪੈਣੋ ਮੇਰੀ ਪੜਾਓ ਰੀਕਵੈਸਟ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ